ਹਾਂਜੀ ਦੋਸਤੋ ਵਾਹਿਗੁਰੂ ਦੀ ਮਿਹਰ ਨਾਲ ਆਪਣੇ ਵਾਲੀ ਨੌਕਰੀ ਘੋੜੀ ਜੁਗਣੀ ਵੀ 2 ਮਹੀਨਿਆਂ ਦੀ ਕਨਫਰਮ ਗੱਬਣ ਚੈੱਕ ਪਾਸ ਹੋ ਗਈ ਆ ਕਿਹੜੇ ਘੋੜੇ ਤੋਂ ਆਪਾਂ ਇਹਨੂੰ ਮੀਟ ਕਰਾਇਆ ਸੀਗਾ ਘੋੜਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਪਹਿਲਾਂ ਮੈਂ ਤੁਹਾਨੂੰ ਮੋਟੀ ਜੀ ਜਾਣਕਾਰੀ ਇਸ ਆਪਣੀ ਘੋੜੀ ਬਾਰੇ ਦੇ ਦਿੰਨਾ ਕੱਲਾ ਵਾਲੇ ਚੇਤਕ ਦੀ ਦੋਸਤੋ ਬੱਚੀ ਆ ਇਹ ਉਮਰ ਇਹਦੀ ਹੁਣ 3 ਸਾਲ ਹੋ ਗਈ ਪਿਛਲੇ ਸਾਲ ਆਪਾਂ ਫਰਵਰੀ ਦੇ ਵਿੱਚ ਲਿਆਂਦੀ ਸੀ ਇਹ ਤੇ ਉਦੋਂ ਇਹ ਦੋ ਦੰਦ ਲੱਗੀ ਸੀ ਦੋ ਦੰਦ ਆਪਾਂ ਕੰਪੀਟੀਸ਼ਨ ਦੇ ਵਿੱਚ ਪਾਇਆ ਸੀਗਾ ਇਹਨੂੰ ਲੁਧਿਆਣੇ ਫਰੀਦਕੋਟ ਤੇ ਹਨੂਮਾਨਗੜ੍ਹ ਸ਼ੋਅ ਤੇ ਹਨੂਮਾਨਗੜ੍ਹ ਤੇ ਲੁਧਿਆਣੇ ਇਹਦੀ ਤੀਜੀ ਤੀਜੀ ਪੋਜੀਸ਼ਨ ਆਈ ਸੀ ਤੇ ਫਰੀਦਕੋਟ ਦੋਸਤੋ ਇਹ ਚੌਥੇ ਨੰਬਰ ਤੇ ਲੱਗੀ ਸੀ ਸੋ ਐਸ ਵਾਰ ਇਹਨੂੰ ਆਪਾਂ ਮੁਖਸਰ ਦੇ ਸ਼ੋਅ ਤੇ ਵੀ ਪਾਇਆ ਸੀਗਾ ਵੱਡੀਆਂ ਘੋੜੀਆਂ ਦੇ ਵਿੱਚ ਕਿਉਂਕਿ ਚਾਰ ਦੰਦ ਹੁਣ ਇਹ ਸ਼ੁਰੂ ਹੋਗੀ ਉੱਥੇ ਦੋਸਤੋ ਇਹਦੀ 5ਵੀਂ ਪੋਜੀਸ਼ਨ ਆਈ ਆ। ਸੋ ਬਾਡੀ ਵਨ ਤੋਂ ਤੁਸੀਂ ਦੇਖ ਸਕਦੇ ਹੋ। ਕੱਦ ਹੁਣ ਇਹ 63 ਇੰਚ ਕਰ ਗਈ ਦੋਸਤੋ। ਇਹਨੂੰ ਆਪਾਂ 2 ਮਹੀਨੇ ਪਹਿਲਾਂ ਮੇਟ ਕਰਾਇਆ ਤੇ ਹੁਣ ਡਾਕਟਰ ਸਾਹਿਬ ਤੋਂ ਕੱਲ ਪਰਸੋ ਗੱਬਣ ਚੈੱਕ ਪਾਸ ਕਨਫਰਮ ਹੋ ਗਈ ਆ ਇਹ। ਐਸ ਕੋੜੇ ਤੋਂ ਦੋਸਤੋ ਆਪਾਂ ਇਹਨੂੰ ਮੇਟ ਕਰਾਇਆ ਸੀ। ਦੇਖ ਸਕਦੇ ਹੋ ਤੁਸੀਂ ਤਾਂ ਪਛਾਣ ਹੀ ਲਿਆ ਹੋਣਾ ਘੋੜਾ। ਇਹ ਆ ਦੋਸਤੋ ਡੋਡਾਂ ਵਾਲਾ ਮਹਾਰਾਣਾ। ਦਲਸ਼ੇਰ ਕਾਕੀ ਦਾ ਦੋਸਤੋ ਇਹ ਬੱਚਾ ਹੈ। ਬੈਸੇ ਤਾਂ ਕਿਸੇ ਬਾੜੀ ਜਾਣ ਪਹਿਚਾਨ ਦਾ ਮਹਤਾਜ ਨਹੀਂ ਸ਼ੋਆ ਦੇ ਵਿੱਚ ਵੀ ਇਹਨੇ ਆਪ ਦਾ ਲੋਹਾ ਮਣਾਇਆ ਹੋਇਆਗਾ ਤਕਰੀਬਨ ਹੁਣ ਤੱਕ ਇਹਨੇ ਜਿੱਥੋਂ ਤੱਕ ਮੇਰਾ ਖਿਆਲ ਆ ਨਾਂ ਵਾਲਾ ਦਸਕ ਸ਼ੋਆ ਜਿਹੜੇ ਬੰਨ ਕਰਲੇ ਹੋਣਗੇ ਜਮਾ ਛੋਟੇ ਹੁੰਦੇ ਤੋਂ ਲੈ ਕੇ ਦੁੱਧਦੰਦ ਤੋਂ ਲੈ ਕੇ ਦੋ ਦੰਦ ਫਿਰ ਚਾਰ ਦੰਦ ਵੱਡਿਆਂ ਘੋੜਿਆਂ ਦੇ ਵਿੱਚ ਸ਼ੋਆ ਦੇ ਵਿੱਚ ਬੜੀਆਂ ਮੱਲਾ ਮਾਰੀਆਂ ਨੇ ਬੜਾ ਨਾਂਗ ਆ ਇਸ ਘੋੜੇ ਦਾ ਤੇ ਤੁਸੀਂ ਦੇਖ ਸਕਦੇ ਹੋ ਪਰਮਾਤਮਾ ਨੇ ਇਹਨੂੰ ਸਹਾਪਣ ਬਹੁਤ ਜ਼ਿਆਦਾ ਦਿੱਤਾ ਤੇ ਨਾਲ ਨਾਲ ਐਟੀਟਿਊਡ ਨਖਰਾ ਬਹੁਤ ਜ਼ਿਆਦਾ ਆ ਘੋੜੇ ਦੇ ਵਿੱਚ। ਇਹੀ ਚੀਜ਼ ਇਹਨੂੰ ਦੂਜੇ ਘੋੜਿਆਂ ਨਾਲੋਂ ਵੱਖਰਾ ਕਰਦੀ ਹੈਗੀ। ਕਿਉਂਕਿ ਘੋੜਾ ਆਪਦੇ ਆਪ ਨੂੰ ਸ਼ੋਅ ਬਹੁਤ ਕਰਦਾ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਦੋਂ ਵੀ ਤੁਸੀਂ ਬਾਈ ਹੋਰਾਂ ਦੇ ਫਾਰਮ ਤੇ ਸੰਧੂ ਸਟੱਡ ਫਾਰਮ ਪਿੰਡ ਡੋੜ ਜਾ ਕੇ ਦੇਖੋਗੇ ਘੋੜਾ ਬਾਹਰ ਕਢਾ ਕੇ ਜਾਂ ਕਿਤੇ ਵੀ ਕਿਸੇ ਵੀ ਟਾਈਮ ਤੁਸੀਂ ਘੋੜਾ ਦੇਖੋਗੇ ਇਨੇ ਐਸੇ ਤਰ੍ਹਾਂ ਹੀ ਆਪਦੇ ਆਪ ਨੂੰ ਸ਼ੋਅ ਕਰਨਾ ਹੁੰਦਾ ਅਹੀਂ ਅੰਦਰੋਂ ਇਹ ਨੱਚਦਾ ਟੱਪਦਾ ਬਾਹਰ ਆਉਂਦਾ ਸੋ ਪ੍ਰਮਾਤਮਾ ਨੇ ਇਹ ਜੀ ਨੂੰ ਵੱਖਰੀ ਇੱਕ ਅਦਾ ਬਖਸ਼ੀ ਹੋਈ ਆ ਤੇ ਆ ਤੁਸੀਂ ਦੇਖ ਸਕਦੇ ਹੋ ਨਿਚਲਾ ਤਾਂ ਪਤੰਦਰ ਖੜਦਾ ਹੀ ਨਹੀਂ ਬੰਦੇ ਇਹ ਸੋ ਵਾਹਿਗੁਰੂ ਦੀ ਇਸੇ ਤਰ੍ਹਾਂ ਕਿਰਪਾ ਇਹਦੇ ਉੱਤੇ ਬਣੀ ਰਹੇ ਬਹੁਤ ਸੋਹਣੇ ਰਿਜ਼ਲਟ ਆਏ ਵਿਆ ਘੋੜੇ ਦੇ ਤੇ ਇਹਦੀ ਮੈਂ ਤੁਹਾਨੂੰ ਦੱਸ ਦਿੰਨਾ ਵੀ 21000 ਰੁਪਿਆ ਬਾਈ ਹੋਰਾਂ ਨੇ ਮੀਟਿੰਗ ਫੀਸ ਰੱਖੀ ਵੀ ਆ ਮਹਾਰਾਣੀ ਦੀ ਪਹਿਲਾਂ ਵੀ ਆਪਣੇ ਕੋਲੇ ਜਿਹੜੀ ਨੌਕਰੀ ਘੋੜੀ ਹੁੰਦੀ ਸੀਗੀ ਉਹ ਵੀ ਆਪਾਂ ਇਸੇ ਤੋਂ ਮੇਟ ਕਰਾਈ ਸੀ ਤੇ ਨੌਕਰੀ ਬਸ਼ੇਰੀ ਆਈ ਸੀ ਦੋਸਤੋ ਬਹੁਤੇ ਨੇ ਤਾਂ ਦੇਖੀ ਹੋਣੀ ਆ ਉਹ ਬਸ਼ੇਰੀ ਤੇ ਘੋੜੀ ਆਪਾਂ ਦੋਨੇ ਸੇਲ ਕਰਤੀਆਂ ਸੀ ਤੇ ਦੁਬਾਰੇ ਫੇਰ ਆਹ ਆਪਣੇ ਵਾਲੀ ਘੋੜੀ ਐਤਗੀ ਇਹ ਵੀ ਆਪਾਂ ਮਹਾਰਾਣੀ ਤੋਂ ਗੱਬਣ ਕਰਾਈ ਆ ਸੋ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਚੰਗਾ ਆਊਗਾ ਤੇ 22 ਬਿੰਦਰ ਭਿੰਦਰ ਅਰਗਿਆਂ ਕੋਲੇ ਹੋਰ ਵੀ ਫਾਰਮ ਦੇ ਉੱਤੇ 6-7 ਨੁਕਰੇ ਘੋੜੇ ਰੱਖੇ ਹੋਏ ਨੇ ਜਿਨ੍ਹਾਂ ਦੀ ਆਪਾਂ ਵੀਡੀਓ ਸ਼ੂਟ ਕੀਤੀ ਸੀ ਫਾਰਮ ਤੇ ਸੋ ਉਸੇ ਟਾਈਮ ਆ ਕਲਿੱਪ ਬਣਾਈ ਸੀਗੀ ਤੇ ਮੈਂ ਸੋਚਿਆ ਵੀ ਉਹ ਤੋਂ ਪਹਿਲਾਂ ਜਦੋਂ ਘੋੜੀ ਚੈੱਕ ਪਾਸ ਕਰਾ ਲਈ ਤੇ ਕਿਉਂ ਨਾ ਇਹ ਜਿਹੜੀ ਖੁਸ਼ੀ ਦੀ ਖਬਰ ਆ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਬਹੁਤੇ ਵੀਰ ਕਈ ਵਾਰ ਫੋਨ ਕਰਦੇ ਸੀ ਜਦੋਂ ਮਿਲਦੇ ਸੀ ਜਾਂ ਪੁੱਛ ਲੈਂਦੇ ਸੀ ਬਾਈ ਘੋੜੀ ਮੀਟ ਕਰਾਈ ਆ ਜਾਂ ਨਹੀਂ ਸੋ ਤਾਂ ਹੀ ਕਰਕੇ ਦੋਸਤੋ ਮਗਿਆ ਹੁਣ ਜਦੋਂ ਚੈੱਕ ਪਾਸ ਕਰਾਤੀ ਤਾਂ ਦੱਸ ਦੀ ਸਾਰਿਆਂ ਨੂੰ ਪਤਾ ਲੱਗ ਜਾਣਾ ਵੀਰ ਭਰਾ ਹੋਰਿਆਂ ਨੂੰ ਸੋ ਦੋਸਤੋ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਤੇ ਫੇਸਬੁੱਕ ਪੇਜ ਪਿੰਡੂ ਜ਼ਿਮੀਦਾਰ ਨੂੰ ਪਿਆਰ ਦਿੰਦੇ ਰਹੋ ਤੁਹਾਡੀ ਸਪੋਰਟ ਦੇ ਕਰਕੇ ਹੀ ਇੱਥੋਂ ਤੱਕ ਪਹੁੰਚੇ ਆ ਤੇ ਬਾਕੀ ਕਿਸੇ ਵੀ ਵੀਰ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਆਪਾਂ ਇੱਕ ਅੱਧੇ ਦਿਨ ਤੱਕ ਸ਼ਾਇਦ ਕੱਲ ਨੂੰ ਬਾਈ ਬਿੰਦਰ ਤੇ ਭਿੰਦਰ ਦੇ ਫਾਰਮ ਦੀ ਸੰਧੂ ਸਟੱਡ ਫਾਰਮ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਨੁਕਰੇ ਘੋੜੇ ਇਹਨਾਂ ਦੇ ਜਿਹੜੇ ਹੋਰ ਰੱਖੇ ਹੋਇਆ ਫਾਰਮ ਤੇ ਉਹ ਸਾਰੇ ਦਿਖਾਵਾਂਗੇ ਤੇ ਮਾਰਵਾੜੀ ਘੋੜੇ ਵੀ ਆ ਜਿਹੜੇ ਇੱਕ ਦੋ ਸੋ ਇਸੇ ਤਰ੍ਹਾਂ سپورਟ ਕਰਦੇ ਰਹੋ ਪ੍ਰਮਾਤਮਾ ਦੀ ਕਿਰਪਾ ਇਸੇ ਤਰ੍ਹਾਂ ਸਾਰੇ ਵੀਰ ਭਰਾ ਤੇ ਜਾਨਵਰਾਂ ਦੇ ਉੱਤੇ ਬਣੀ ਰਹੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ